ਇਹ ਵੀਡੀਓ ਪੰਜਾਬ ਦੇ ਸਾਰੇ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਦੇ ਲਈ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕੋਵਿਡ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਸੀ। ਸੋ ਉਸ ਦੇ ਵਿੱਚ ਸਾਰੇ ਵਿਦਿਆਰਥੀਆਂ ਦੇ ਮਨਾਂ ਵਿੱਚ ਇਹ ਸ਼ੰਕਾ ਸੀ ਕਿ 1 ਤਰੀਕ ਤੋਂ ਬਾਅਦ ਸਕੂਲ ਕਾਲਜਿਸ ਖੁੱਲ੍ਹਣ ਜਾ ਰਹੇ ਹਨ, ਕਿਉਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹ ਕਹਿ ਦਿੱਤਾ ਹੈ ਕਿ ਜਿੰਨੇ ਵੀ ਸਕੂਲ ਕਾਲਜ ਨੇ ਉਹ 50% ਕਪੈਸਿਟੀ ਦੇ ਨਾਲ ਖੁੱਲ੍ਹਣਗੇ। ਪਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਕੋਵਿਡ ਰਿਸਟ੍ਰਿਕਸ਼ਨਸ ਨੇ ਉਹ ਅੱਗੇ ਵਧਾ ਦਿੱਤੀਆਂ ਗਈਆਂ ਹਨ। ਸੋ ਹੁਣ ਸਕੂਲ ਕਾਲਜ ਨਹੀਂ ਖੁੱਲ੍ਹਣ ਜਾ ਰਹੇ। ਸੋ ਅੱਜ ਦੀ ਵੀਡੀਓ ਅਪਡੇਟ ਦੇ ਵਿੱਚ ਅਸੀਂ ਤੁਹਾਨੂੰ ਉਹੀ ਰਿਸਟ੍ਰਿਕਸ਼ਨਸ ਦੇ ਪੂਰੀ ਇਨਫੋਰਮੇਸ਼ਨ ਦੱਸਣ ਜਾ ਰਹੇ ਹਾਂ। ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ। ਸੋ ਜਿਵੇਂ ਕਿ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਂਡ ਜਸਟਿਸ ਵੱਲੋਂ ਇਹ ਲੈਟਰ ਜਿੰਨੇ ਵੀ ਡੀਸੀਜ਼ ਨੇ ਔਰ ਜਿੰਨੇ ਵੀ ਜੋਨਲ IGPS ਕਮਿਸ਼ਨਰ ਆਫ ਪੁਲਿਸ DIGs SSPs ਨੇ ਸਟੇਟ ਦੇ ਉਹ ਸਾਰਿਆਂ ਨੂੰ ਇਹ ਮੈਂਸ਼ਨ ਕੀਤਾ ਹੈ ਕਿ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਹੁਣ 8 ਫਰਵਰੀ ਤੱਕ ਜਿਹੜੀਆਂ ਨੇ ਵਧਾ ਦਿੱਤੀਆਂ ਗਈਆਂ ਹਨ। ਸੋ ਜਿਵੇਂ ਕਿ ਪਹਿਲਾਂ ਰਿਸਟ੍ਰਿਕਸ਼ਨ ਸੀ ਸੋਸ਼ਲ ਡਿਸਟੈਂਸ, ਮਾਸਕ ਪਾਉਣਾ ਕੰਪਲਸਰੀ ਹੈ, ਨਾਈਟ ਕਰਫਿਊ 10 ਵਜੇ ਤੋਂ ਲੈ ਕੇ 5 ਵਜੇ ਤੱਕ ਰਿਸਟ੍ਰਿਕਸ਼ਨ ਰਹੇਗਾ, ਜਿਹੜੀ ਗੈਦਰਿੰਗ ਆ 500 ਦੀ ਇਨਡੋਰ ਔਰ 1000 ਦੀ ਆਊਟਡੋਰ ਜਿਹੜੀ ਹੈ ਰੱਖੀ ਗਈ ਹੈ। ਇਸ ਦੇ ਨਾਲ ਹੀ ਜਿੰਨਾ ਵੀ ਕੰਮ ਹੈ ਔਨਲਾਈਨ ਟੀਚਿੰਗ ਦਾ ਚੱਲੇਗਾ, ਡਿਸਟੈਂਸ ਲਰਨਿੰਗ ਜਿਹੜੀ ਹੈ ਉਹਨੂੰ ਇਨਕਰੇਜ ਕੀਤਾ ਜਾਵੇਗਾ, ਔਰ ਜਿੰਨੇ ਵੀ ਸਕੂਲ ਕਾਲਜਿਸ, ਯੂਨੀਵਰਸਿਟੀ, ਕੋਚਿੰਗ ਇੰਸਟੀਟਿਊਸ਼ਨ ਨੇ ਉਹ ਸਾਰੇ ਬੰਦ ਰਹਿਣਗੇ। ਸੋ ਲੇਟੈਸਟ ਅਪਡੇਟ ਇਹੀ ਹੈ ਕਿ ਜਿੰਨੇ ਵੀ ਸਕੂਲ ਕਾਲਜ ਯੂਨੀਵਰਸਿਟੀਜ਼ ਨੇ ਉਹ 8 ਫਰਵਰੀ ਤੱਕ ਹੁਣ ਬੰਦ ਰਹਿਣਗੇ। ਸੋ ਅੱਜ ਦੀ ਲੇਟੈਸਟ ਅਪਡੇਟ ਦੇ ਵਿੱਚ ਇੰਨਾ ਹੀ। ਲੇਟੈਸਟ ਨਿਊਜ਼ ਸੋ ਯੂਨੀਵਰਸਿਟੀ ਦੇ ਰਿਲੇਟਡ ਲੇਟੈਸਟ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ। ਸੋ ਅੱਜ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।